ਜ਼ਿਆਦਾਤਰ ਇਹ ਹੁੰਦਾ ਕਿ ਕਈ ਬੰਦੇ ਸਾਲ ਸਾਲ ਵੇਲੇ ਸਾਂਭਦੇ ਨੇ ਇਹਨਾਂ ਦੇ ਬੱਚੇ, ਉਹ ਵੱਡੇ ਹੁੰਦੇ ਨੇ ਜ਼ਿਆਦਾ ਉਹਨਾਂ 'ਚ ਬੱਚਤ ਕੀ ਹੁੰਦੀ ਹੈ ਕਿ ਉਹ ਜਿਹੜੇ ਨੇ 30-40 ਹਜ਼ਾਰ ਦਾ ਦੇ ਲੈਂਦੇ ਨੇ। ਅਸੀਂ ਬੱਚੇ ਦੇ ਸਕਦੇ ਹਾਂ 20 ਹਜ਼ਾਰ ਦਾ, 15 ਦਾ, ਅਸੀਂ ਬੱਚੇ ਹੀ ਮਗਰੋਂ ਦੇ ਸਕਦੇ ਹਾਂ 3-4 ਮਹੀਨਿਆਂ ਦਾ। ਜਨਾਬ ਅਸੀਂ ਤਾਂ ਆਪਣਾ ਕਹਿੰਦੇ ਹਾਂ ਕਿ ਅੱਲਾ ਪਾਕ ਦਾ ਸ਼ੁਕਰ ਹੈ, ਅਸੀਂ ਮਹੀਨੇ ਦੇ ਵਿੱਚ ਜਿਹੜਾ ਨਾ ਇਹ 60-70 ਹਜ਼ਾਰ ਰੁਪਈਆ ਲੈਣ ਦੇਣ ਕਰਕੇ ਆਪਣਾ ਇੱਥੇ ਕੱਢਦੇ ਹਾਂ ਭਾਈ। ਇਹ ਬੱਕਰੀ ਹੈ ਸਾਡੇ ਕੋਲ ਇਸ ਟਾਈਮ ਹੈ ਜੀ, ਅੱਲਾ ਦੇ ਪਾਕ ਦੇ ਕਰਮ ਨਾਲ ਇਹ ਸੱਜਰੀ ਸੂਈ ਹੋਵੇ, 5-6 ਸੇਰ ਜਿਹੜਾ ਦੁੱਧ ਹੈ ਉਹ ਨਾਰਮਲ ਗੱਲ ਹੈ ਇਸ ਬੱਕਰੀ ਦੀ, ਪੱਕੀ ਗੱਲ ਹੈ ਜੀ ਭਾਈ। ਅਸੀਂ ਹੁਣ ਵੀ ਇਸ ਗੱਲ ਦਾ ਮੁਆਹਦਾ ਕਰਕੇ ਵੀ ਆਉਣੇ ਕਿ ਜਿਸ ਦਿਹਾੜੇ ਸਾਡੀ ਹੈ ਬੱਕਰੀ ਤਿਆਰ ਹੋਵੇ, ਅੱਲਾ ਮੇਰੇ ਦੇ ਹੁਕਮ ਨਾਲ ਦੋ ਵੇਲਿਆਂ ਵਿੱਚ 5 ਸੇਰ ਬੋਲਾ ਬੱਕਰੀ ਦਵੇ ਦੀ ਲਾਜ਼ਮੀ ਪਹਿਲੇ ਦਿਹਾੜੇ 'ਚ। ਜਨਾਬ ਸਿਆਲ ਵੀ ਸੁੱਕਾ ਕਿਉਂਕਿ ਗਿੱਲਾ ਗਿੱਲੇ ਦਾਣੇ ਧਰੀਏ ਤਾਂ ਫਿਰ ਰੇਸ਼ਾ ਬਣ ਜਾਂਦਾ ਬੱਕਰੀਆਂ, ਇਸ ਵਜ੍ਹਾ ਬਾਅਦ ਅਤੇ ਅਸੀਂ ਸੁੱਕੇ ਹੀ ਦਾਣੇ ਪਾਉਂਦੇ ਹਾਂ ਚਾਹੇ ਗਰਮੀ ਹੋਏ। 6 ਮਹੀਨੇ ਸਿਆਲ ਦੇ ਸਿਰਫ, ਗਰਮੀਆਂ 'ਚ ਅਸੀਂ ਦਾਣੇ ਨਹੀਂ ਪਾਉਂਦੇ, ਗਰਮੀਆਂ ਵਿੱਚ ਕਿਉਂਕਿ ਚਾਹੇ ਭੇਜ ਕੇ ਪਾਓ ਗਰਮ ਪਾਓ ਉਹ ਜਿਹੜਾ ਬੱਕਰੀਆਂ ਗਰਮੀ ਕਰਨ ਲੱਗ ਪੈਂਦੀਆਂ, ਇਸ ਵਜ੍ਹਾ ਬਾਅਦ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਠੀਕ ਠਾਕ ਬਿਲਕੁਲ। ਜਨਾਬ ਦਾ ਕੀ ਨਾਮ ਹੈ? ਮੇਰਾ ਨਾਮ ਸਫਿਆਨ ਹੈ ਭਾਈ। ਸਫਿਆਨ ਭਾਈ ਕਿਸ ਇਲਾਕੇ ਤੋਂ ਤਲਕ ਹੈ? ਜੀ ਸਾਡਾ ਇੱਥੇ ਮੰਡੀਰ ਦਾ ਤਲਕ ਹੈ, ਜ਼ਿਲ੍ਹਾ ਗੁਜਰਾਤ। ਠੀਕ ਹੈ ਪਿਆਰੇ ਭਾਈ, ਮਾਸ਼ਾਅੱਲਾ ਤੁਸੀਂ ਕਾਫੀ ਪਿਆਰਾ ਮਾਲ ਰੱਖਿਆ। ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕਾਰੋਬਾਰ ਕਰਦੇ ਹੋ ਪੇ? ਇਹ ਜਨਾਬ ਸਾਡੇ ਪਹਿਲਾਂ ਬਜ਼ੁਰਗ ਸੀ, ਉਹਨਾਂ ਦੇ ਤਜਰਬੇ ਨਾਲ ਕਾਰੋਬਾਰ ਹੈ, 60 ਸਾਲ ਤਕਰੀਬਨ ਉਹਨਾਂ ਬੱਕਰੀਆਂ ਰੱਖੀਆਂ ਨੇ, ਉਹਦੇ ਤੋਂ ਬਾਅਦ ਮੈਂ ਇਹਨਾਂ ਦਾ ਜਿਹੜਾ ਕਰ ਰਿਹਾ ਸੇਵਾ। ਠੀਕ ਹੈ। ਤਕਰੀਬਨ ਮੈਨੂੰ ਤਕਰੀਬਨ 10 ਕੁ ਸਾਲ ਹੋ ਗਏ ਨੇ ਇਹਨਾਂ ਬੱਕਰੀਆਂ ਵਿੱਚ। ਜਾ ਮਾਸ਼ਾਅੱਲਾ, ਯਾਨੀ ਕਿ ਇਹ ਕਾਰੋਬਾਰ ਤੁਹਾਨੂੰ ਵਿਰਾਸਤ 'ਚ ਮਿਲਿਆ ਅਤੇ 10 ਸਾਲ ਦਾ ਤੁਹਾਡਾ ਵੀ ਤਜਰਬਾ ਹੈ ਵੇ, ਅਤੇ 10 ਸਾਲ 'ਚ ਸਰ ਤੁਸੀਂ ਇਸ ਕੰਮ ਤੋਂ ਕੀ ਕੋਈ ਕਾਮਯਾਬੀ ਹਾਸਲ ਕੀਤੀ ਹੈ? ਅੱਲਾ ਪਾਕ ਦਾ ਬਹੁਤ ਸ਼ੁਕਰ ਹੈ ਭਾਈ, ਇਹਨਾਂ ਵਿੱਚ ਨਫਾ ਵੀ ਹੈ ਫਿਰ ਨੁਕਸਾਨ ਦੇ, ਫਿਰ ਹਰ ਬੰਦੇ ਨਾਲ ਇਨਸਾਨ ਨਾਲ ਹੁੰਦਾ, ਤੇ ਅੱਲਾ ਪਾਕ ਦਾ ਬਹੁਤ ਸ਼ੁਕਰ। ਤੇ ਇਸ ਕੰਮ 'ਚ ਨਫਾ ਕਿਸ ਸੂਰਤ ਵਿੱਚ ਹੁੰਦਾ ਤੇ ਕਿੰਨਾ ਕੁ ਹੁੰਦਾ ਤੇ ਨੁਕਸਾਨ ਦੀ ਕੀ ਵਜ੍ਹਾ ਬਣਦੀ ਹੈ? ਨੁਕਸਾਨ ਨਹੀਂ ਭਾਈ, ਜ਼ਰਾ ਇਹ ਬੱਕਰੀਆਂ ਬਿਮਾਰ ਸ਼ਮਾਰ ਹੋ ਜਾਣ ਅੱਗਾ ਪਿੱਛਾ ਉਹ ਤਾਂ ਫਿਰ ਬੰਦੇ ਦਾ ਨੁਕਸਾਨ ਵੀ ਹੁੰਦਾ ਰਹਿੰਦਾ, ਲੇਕਿਨ ਉਂਝ ਅੱਲਾ ਪਾਕ ਦਾ ਸ਼ੁਕਰ ਹੈ ਕਿ ਇਸ ਮਾਲ 'ਚ ਨਫਾ ਬਹੁਤ ਸਾਰਾ ਜ਼ਿਆਦਾ। ਸਰ ਬਹੁਤ ਸਾਰੇ ਤੂੰ ਦੋਸਤਾਂ ਨੂੰ ਥੋੜ੍ਹਾ ਸਮਝਾਓ ਹਾਂ ਕਿ ਫਰਜ਼ ਕੀਤਾ ਜਿੰਨਾ ਮਾਲ ਤੁਹਾਡੇ ਕੋਲ ਹੈ, ਇਹ ਕਿੰਨਾ ਕੁ ਮਾਲ ਹੈ ਅਤੇ ਇਹਦੇ ਤੋਂ ਕਿੰਨਾ ਕੁ ਨਫਾ ਵੀ ਆਉਂਦਾ? ਇਹਦੇ 'ਚ ਭਾਈ ਮਿਸਾਲ ਤੌਰ ਜੇ ਤਾਂ ਬੰਦਾ ਰੱਖੇ ਬੱਚਿਆਂ ਦਾ ਵੀ ਨਫਾ, ਹੋਰ ਦੁੱਧ ਸ਼ੁੱਧ ਵਗੈਰਾ ਵੀ ਵੇਚ ਲੈਂਦੇ ਨੇ ਬੰਦੇ, ਅਤੇ ਇਹ ਨਫਾ ਹੀ ਹੁੰਦਾ ਬੰਦੇ ਦਾ। ਠੀਕ ਹੈ, ਅਤੇ ਉਸ ਤੋਂ ਬਾਅਦ ਨਸਲ ਜਿਹੜੀ ਤਕਰੀਬਨ ਇਹ ਹੀ ਹੋਣੀ ਚਾਹੀਦੀ ਹੈ, ਦੇਸੀ ਬੱਕਰੀਆਂ, ਦੂਸਰੀਆਂ ਬੱਕਰੀਆਂ ਨਹੀਂ ਹੋਣੀਆਂ ਚਾਹੀਦੀਆਂ, ਨਾ ਹੀ ਅਸਾਂ ਇਹਦਾ ਰੱਖੇ, ਇਹਨਾਂ ਬੱਕਰੀਆਂ ਵਿੱਚ ਹੀ ਨਫਾ ਬਿਲਕੁਲ। ਠੀਕ ਹੈ, ਅਤੇ ਸਰ ਇਸ ਟਾਈਮ ਜਨਾਬ ਕੋਲ ਟੋਟਲ ਛੋਟਾ ਮੋਟਾ ਕਿੰਨਾ ਮਾਲ ਹੈ? ਇਹ ਤਕਰੀਬਨ ਮੇਰੇ ਕੋਲ ਇਸ ਟਾਈਮ 25-30 ਭਾਰੂ ਰਹਿ ਗਏ ਨੇ, ਇਸ ਤੋਂ ਇਲਾਵਾ ਜਿਹੜੇ ਨੇ ਇਹਨਾਂ ਦਿਨਾਂ ਵਿੱਚ ਮੈਂ 25-30 ਜਿਹੜੇ ਨੇ ਉਹ ਦੇ ਛੱਡੇ ਨੇ। ਉਹ ਕੀ ਵਜ੍ਹਾ? ਹਰ ਸਾਲ ਇਸ ਮੌਸਮ 'ਚ ਲੈਣ ਦੇਣ ਕਰਦੇ ਰਹਿੰਦੇ ਯਾਨੀ ਬੱਕਰੀਆਂ ਦਾ? ਜਾ ਠੀਕ ਹੈ, ਤੁਹਾਡੇ ਕੋਲ 25 ਭਾਰੂ ਨੇ ਅਤੇ ਤੁਹਾਡਾ ਇਹਨਾਂ ਤੋਂ ਜਿਹੜਾ ਆਮਦਨ ਦਾ ਜ਼ਰੀਆ ਹੈ ਉਹ ਇਹਨਾਂ ਦਾ ਦੁੱਧ ਸੇਲ ਕਰਦੇ ਹੋ ਜਾਂ ਕਿ ਇਹਨਾਂ ਦੇ ਬੱਚੇ ਤਿਆਰ ਕਰਕੇ? ਵੀ ਸੇਲ ਕਰਦੇ ਹਾਂ, ਰਵੀ ਦਾ ਬੱਚੇ ਵੀ ਸੇਲ ਕਰਦੇ ਹਾਂ। ਠੀਕ ਹੈ ਜਾ, ਜ਼ਿਆਦਾਤਰ ਇਹ ਹੁੰਦਾ ਕਿ ਕਈ ਬੰਦੇ ਸਾਲ ਸਾਲ ਵੇਲੇ ਸਾਂਭਦੇ ਨੇ ਇਹਨਾਂ ਦੇ ਬੱਚੇ, ਉਹ ਵੱਡੇ ਹੁੰਦੇ ਨੇ ਜ਼ਿਆਦਾ ਉਹਨਾਂ 'ਚ ਬੱਚਤ ਕੀ ਹੁੰਦੀ ਹੈ ਕਿ ਉਹ ਜਿਹੜੇ ਨੇ 30-40 ਹਜ਼ਾਰ ਦਾ ਦੇ ਲੈਂਦੇ ਨੇ, ਅਸੀਂ ਬੱਚੇ ਦੇ ਸਕਦੇ ਹਾਂ 20 ਹਜ਼ਾਰ ਦਾ, 15 ਦਾ, ਅਸੀਂ ਬੱਚੇ ਹੀ ਮਗਰੋਂ ਦੇ ਸਕਦੇ ਹਾਂ 3-4 ਮਹੀਨਿਆਂ ਦਾ। ਸਰ ਸਵਾਲ ਬੜਾ ਹੈ ਮੈਂ, ਇਹਦਾ ਜਵਾਬ ਵੀ ਜ਼ਰਾ ਮਜ਼ੇਦਾਰ ਹੋਣਾ ਚਾਹੀਦਾ ਹੈ। ਜਿੰਨਾ ਮਾਲ ਤੁਹਾਡੇ ਕੋਲ ਅਗਰ ਇਹਦਾ ਦੁੱਧ ਵੀ ਸੇਲ ਕੀਤਾ ਜਾਏ, ਕਿਤੇ ਜ਼ਿਆਦਾ ਸੇਲ ਹੁੰਦਾ ਕਿਤੇ ਘੱਟ ਸੇਲ ਹੁੰਦਾ, ਅਗਰ ਇਹਨਾਂ ਦੇ ਜਵਾਬ ਵੀ ਸੇਲ ਕੀਤੇ ਜਾਣ ਤਾਂ ਸਾਲ ਦੀ ਕਿੰਨੀ ਬੱਚਤ ਹੋ ਜਾਂਦੀ ਹੈ? ਉਹ ਭਾਈ ਅੰਦਾਜ਼ਾ ਨਹੀਂ ਲਾਇਆ, ਲੇਕਿਨ ਅੱਲਾ ਪਾਕ ਦਾ ਸ਼ੁਕਰ ਹੈ ਅਤੇ ਕੰਮ ਬਿਹਤਰੀਨ ਹੈ, ਠੀਕ ਠਾਕ ਹੈ ਅੱਲਾ ਪਾਕ ਦਾ ਸ਼ੁਕਰ, ਅਤੇ ਆਮਦਨੀ ਠੀਕ ਠਾਕ ਹੋ ਜਾਂਦੀ। ਠੀਕ ਹੈ, ਇਹ ਸਰ ਜਿਹੜਾ ਤੁਹਾਡੇ ਕੋਲ ਮਾਲ ਹੈ, ਇਹ ਜਿਹੜੀ ਨਸਲ ਹੈ ਇਹਦਾ ਕੀ ਨਾਮ ਹੈ ਅਤੇ ਇਹਦੀ ਕੀ ਕੋਈ ਹੋਬੀ, ਕੀ ਖਸੂਸੀਅਤ ਹੈ? ਇਹ ਜਨਾਬ ਦੇਸੀ ਬੱਕਰੀਆਂ ਨੇ, ਇੱਕੋ ਹੀ ਨਸਲ ਦੀਆਂ ਬੀਤਲ ਬੱਕਰੀਆਂ ਇਹਨਾਂ ਨੂੰ ਆਖਦੇ ਨੇ। ਜਾ ਦੇਸੀ ਬੀਤਲ? ਜਾ, ਅਤੇ ਇਹ ਜਿਹੜੀ ਦੇਸੀ ਬੀਤਲ ਹੈ ਗੁਜਰਾਤ ਦੀ ਨਸਲ ਹੈ, ਇਹ ਕਿਸ ਵਜ੍ਹਾ ਤੋਂ ਮਸ਼ਹੂਰ ਹੈ?
ਇਹ ਭਾਈ ਜ਼ਿਆਦਾ ਰੰਗ ਢੰਗ ਤੋਂ ਵੀ ਮਸ਼ਹੂਰ ਹੈ, ਜ਼ਿਆਦਾ ਪਹਿਚਾਣ ਜਿਹੜੀ ਹੈ ਉਹ ਹੈ ਬੱਕਰੀਆਂ ਦੇ ਨੱਕ ਮੂੰਹ ਹੋ ਗਏ ਜੀ, ਉਸ ਤੋਂ ਬਾਅਦ ਕਲਰ ਹੋ ਗਏ, ਇਹ ਜ਼ਿਆਦਾ ਜਿਹੜਾ ਬੰਦੇ ਪਸੰਦ ਕਰਦੇ ਨੇ। ਠੀਕ ਹੈ, ਥੋੜ੍ਹੇ ਅੱਗੇ ਸਰ ਨਜ਼ਦੀਕ ਆਇਓ, ਅਤੇ ਇਹ ਜਿਹੜੀ ਨਸਲ ਹੈ ਜੀ ਜੀ, ਤੁਹਾਡੇ ਕੋਲ ਬੱਕਰੀ ਨੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੱਤਾ ਹੈ ਭਾਈ? ਇਹ ਬੱਕਰੀ ਹੈ ਸਾਡੇ ਕੋਲ ਇਸ ਟਾਈਮ ਹੈ ਜੀ, ਅੱਲਾਹ ਦੇ ਬਾਗ ਦੇ ਕਰਮ ਨਾਲ ਇਹ ਸੱਜਰੀ ਸੂਈ ਹੋਵੇ, ਪੰਜ ਛੇ ਸੇ ਜਿਹੜਾ ਦੁੱਧ ਹਨ ਉਹ ਨਾਰਮਲ ਗੱਲ ਹੈ ਇਸ ਬੱਕਰੀ ਦੀ। ਪੱਕੀ ਗੱਲ ਹੈ, ਹੁਣ ਸੂਈ ਹੈ ਕਿ ਸੂਣ ਵਾਲੀ ਹੈ? ਹੁਣ ਕੋਈ ਨਹੀਂ ਹੈ ਜੀ, ਵਕਤੀ ਦੌਰ ਕਿਸੇ ਖਾਤੇ 'ਚ। ਅਤੇ ਹੁਣ ਕਿੰਨਾ ਦੁੱਧ ਦੇ ਰਹੀ ਹੈ? ਹੁਣ ਇਸ ਟਾਈਮ ਦੇ 3 ਕਿਲੋ ਦੁੱਧ ਦਿੰਦੀ। 3 ਕਿਲੋ ਸੂਈ ਨੂੰ 1 ਸਾਲ ਹੋ ਗਿਆ। 1 ਸਾਲ ਹੋ ਗਿਆ, ਅੱਗੂ ਕ੍ਰਾਸ ਹੋਈ ਹੈ ਕਿ ਨਹੀਂ? ਅੱਗੂ ਹੋਈ ਹੈ ਮਹੀਨਾ ਸਾਰਾ। ਮਹੀਨਾ ਸਾਰਾ, ਅਤੇ ਕਿੰਨਵੇਂ ਸੂਏ ਨੇ ਸੁਣਿਆ? ਇਹਨੇ ਹੁਣ ਭਾਈ ਸਾਡੇ ਕੋਲ 5ਵੇਂ ਸੂਏ ਸੁਣਿਆ, ਮਾਸ਼ਾ ਅੱਲਾਹ ਇਹ ਵੀ ਦੀਆਂ ਧੀਆਂ ਨੇ। ਠੀਕ, ਅੱਛਾ ਮਾਸ਼ਾ ਅੱਲਾਹ, ਉਹ ਪਿਛਲੀ ਇਹਦੀ ਧੀ ਹੈ ਜਾਂ ਇਹ ਵੀ ਇਹਦੀ ਧੀ? ਠੀਕ ਹੈ, 5ਵੇਂ ਸੂਏ ਨੇ ਸੁਣਿਆ ਜਾਂ ਇਹਨੇ 5ਵੇਂ ਸੂਏ ਸੁਣ? ਅਤੇ ਬੱਕਰੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸੂਏ ਕਰਦੀ ਹੈ ਭਾਈ? ਇਹ ਪਤਾ ਕਿ ਹੁਣ ਅੱਗੇ ਸਾਡੇ ਕੋਲ ਬੱਕਰੀ ਉਹਦੀ ਅਸੀਂ ਉਹ ਲੈ ਲਈ ਲਾਈ ਉਹ, ਪਰ ਉਹ ਸਾਡੇ ਕੋਲ 12 ਸੂਏ ਸੂਈ ਹੈ ਇੱਥੇ ਘਰ। ਅੱਛਾ ਜਾਂ ਉਸ ਬਾਅਦ ਕਿ ਉਹਨੂੰ ਮਸਲਾ ਬਣ ਗਿਆ, ਠਹਿਰਦੀ ਨਹੀਂ ਫਿਰ ਦੇ ਸਕੀ, ਯਾਨੀ ਕਿ 12 ਸੂਏ ਸੂਈ ਸੀ ਸੂਏ ਸਾਡੇ ਘਰ। ਮਾਸ਼ਾ ਅੱਲਾ ਜੀ, 12 ਸੂਏ ਕਹਿਣ ਨੂੰ ਹੁੰਦੇ ਨੇ ਜਾਂ? ਠੀਕ ਹੈ, ਅੱਛਾ 6ਵਾਂ ਤਾਂ ਮਾਸ਼ਾ ਅੱਲਾ ਇਹਨੇ ਸਾਡੇ ਘਰ ਹੈ ਜੀ ਜੀ। ਅੱਛਾ ਸਫਿਆਨ ਭਾਈ, ਕੁਛ ਦੋਸਤ ਕਹਿੰਦੇ ਨੇ ਕਿ ਬੱਕਰੀ 5-6 ਕਿਲੋ ਦੁੱਧ ਨਹੀਂ ਦਿੰਦੀ, ਜ਼ਿਆਦਾ ਤੋਂ ਜ਼ਿਆਦਾ 2-3 ਕਿਲੋ ਦੁੱਧ ਦਿੰਦੀ ਹੈ, ਇਸ ਗੱਲ 'ਚ ਕੀ ਹਕੀਕਤ ਹੈ? ਬੱਕਰੀ 5-6 ਕਿਲੋ ਦਿਹੜਦੀ ਹੈ ਭਾਈ? ਅਸੀਂ ਹੁਣ ਵੀ ਇਸ ਗੱਲ ਦਾ ਮੁਆਹਦਾ ਕਰਕੇ ਵਿਆਹਣਾ ਕਿ ਜਿਸ ਦਿਹਾੜੇ ਸਾਡੀ ਹੈ ਬੱਕਰੀ ਤਿਆਰ ਹੋਵੇ, ਅੱਲਾ ਮੇਰੇ ਦੇ ਹੁਕਮ ਨਾਲ 2 ਵੇਲਿਆਂ ਵਿੱਚ 5 ਸਿਰ ਬੋਲਾ ਬੱਕਰੀ ਦਵੇ ਦੀ ਲਾਜ਼ਮੀ ਪਹਿਲੇ ਦਿਹਾੜੇ। ਠੀਕ ਹੈ ਜਾ, ਇਹ ਜਿਹੜੀ ਸਰ ਬੱਕਰੀ ਤੁਹਾਡੀ 5-6 ਕਿਲੋ ਦੁੱਧ ਦਿੰਦੀ ਹੈ, ਇਹ ਸਿਰਫ ਚਰਾਈ ਦੇ ਸਿਰ 'ਤੇ ਜਾਂ ਕਿ ਕੋਈ ਖੁਰਾਕ ਦੀ ਅਲੱਗ ਹੈ? ਚਰਾਈ ਦੇ ਸਿਰ 'ਤੇ, ਵਾਹ ਜੀ। ਹੋਰ ਕੋਈ ਚੀਜ਼ ਨਹੀਂ ਪਾਉਂਦੇ? ਕੋਈ ਚੀਜ਼ ਨਹੀਂ, ਅਗਰ ਜੇ ਇਹਨੂੰ ਪਾਇਆ ਜਾਏ ਤੇ ਮਜ਼ੀਦ ਅੱਗੋਂ ਵੱਧ ਵੀ ਸਕਦੀ ਹੈ ਬਾਹਰ ਦੇ ਸਿਰ ਤੇ ਸਾਡਾ ਮਾਲ। ਠੀਕ ਹੈ, ਤੇ ਅੱਜ ਕੱਲ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਇਹਨਾਂ ਨੂੰ ਇੱਥੇ ਬਾਹਰ ਹੀ ਬਸ ਅਗਾਂ ਪਿਛਾਂ। ਹੋਰ ਕੋਈ ਦਾਣਾ ਪਾਣੀ ਨਹੀਂ ਪਾਉਂਦੇ ਇਹਨਾਂ ਨੂੰ? ਨਹੀਂ, ਦਾਣਾ ਪਾਣੀ ਸਿਰਫ ਸਿਆਲ ਦੇ ਵਿੱਚ ਜਾ ਕੇ। ਸਿਆਲ 'ਚ ਇਹਨਾਂ ਦੀ ਕੀ ਸੇਵਾ ਹੁੰਦੀ ਹੈ? ਸਿਆਲ 'ਚ ਅਸੀਂ ਕਣਕ ਦੇ ਦਾਣੇ ਅਤੇ ਉਸ ਤੋਂ ਬਾਅਦ ਚਣਿਆਂ ਦਾ ਵੰਡਾ ਹੁੰਦਾ ਮਿਕਸ ਕਰ, ਉਹ ਦਾਣੇ ਹੀ ਪਾਉਣੇ ਹੁੰਦੇ ਨੇ ਸਿਆਲ ਵਿੱਚ। ਉਸ ਤੋਂ ਬਾਅਦ ਕਣਕ ਛਣਕ ਉਂਝ ਲੈ ਕੇ ਹਰੀ, ਉਹ ਇਹਨਾਂ ਨੂੰ ਆਖੀ ਦਾ ਖਾਲ। ਅੱਛਾ, ਗੰਦਮ ਤੇ ਉਹ ਦੂਸਰੇ ਚਣੇ ਕਹਿ ਰਹੇ ਹੋ ਜਾਂ ਇਹ ਕਾਲੇ ਚਣੇ ਜਾਂ ਉਹਨਾਂ ਦਾ ਦਲੀਆ ਕਰਾ ਲੈਂਦੇ ਹੋ? ਦਲੀਆ ਕਰਾ ਲੈਂਦੇ, ਤੇ ਉਹਦਾ ਤਰੀਕਾ ਇਸਤੇਮਾਲ ਵੀ ਦੋਸਤਾਂ ਨੂੰ ਦੱਸੋ ਹਾਂ, ਭੇਜ ਕੇ ਪਾਉਂਦੇ ਜਾਂ ਸੁੱਕਾ? ਜਨਾਬ ਸਿਆਲ ਵੀ ਸੁੱਕਾ, ਕਿਉਂਕਿ ਗਿੱਲੇ ਦਾਣੇ ਧਰੀਏ ਤਾਂ ਫਿਰ ਰੇਸ਼ਾ ਬਣ ਜਾਂਦਾ ਬੱਕਰੀਆਂ, ਇਸ ਵਜ੍ਹਾ ਬਾਅਦ ਅਤੇ ਅਸੀਂ ਸੁੱਕੇ ਦਾਣੇ ਪਾਉਂਦੇ ਹਾਂ ਚਾਹੇ ਗਰਮੀ ਹੋਏ। 6 ਮਹੀਨੇ ਸਿਆਲ ਦੇ ਸਿਰਫ, ਗਰਮੀਆਂ 'ਚ ਅਸੀਂ ਦਾਣੇ ਨਹੀਂ ਪਾਉਂਦੇ, ਗਰਮੀਆਂ ਵਿੱਚ ਕਿਉਂਕਿ ਚਾਹੇ ਭੇਜ ਕੇ ਪਾਓ ਗਰਮ ਪਾਓ, ਉਹ ਜਿਹੜਾ ਬੱਕਰੀਆਂ ਗਰਮੀ ਕਰਨ ਲੱਗ ਪੈਂਦੀਆਂ, ਇਸ ਵਜ੍ਹਾ ਬਾਅਦ। ਠੀਕ ਹੈ ਜਾਂ ਅੱਜ ਕੱਲ੍ਹ ਸਰ ਬੱਕਰੀਆਂ ਦੇ ਰੇਟ ਵੀ ਕਾਫੀ ਜ਼ਿਆਦਾ ਦੋਸਤ ਦੱਸਦੇ ਨੇ ਅਤੇ ਰੇਟ ਜ਼ਿਆਦਾ ਹੈ ਵੀ ਨੇ, ਜਿਹੜੇ ਨਵੇਂ ਦੋਸਤ ਹੈ ਕੰਮ ਕਰਨਾ ਚਾਹੁੰਦੇ ਨੇ ਉਹ ਸਸਤੀਆਂ ਬੱਕਰੀਆਂ ਲੈਣ ਜਾਂ ਮਹਿੰਗੀਆਂ ਲੈਣ, ਇਸ ਕੰਮ ਨੂੰ ਕਿਸ ਤਰੀਕੇ ਨਾਲ ਕਰਨ ਅਤੇ ਉਹਨਾਂ ਨੂੰ ਫਾਇਦਾ ਹੋ ਸਕਦਾ? ਬੱਕਰੀਆਂ ਭਾਈ 2 ਤਰੀਕੇ ਦੀਆਂ ਹੋਣੀਆਂ ਚਾਹੀਦੀਆਂ, ਕਿ ਥੋੜ੍ਹੀਆਂ ਵਿੱਚ ਦਰਮਿਆਨੀਆਂ ਵੀ ਹੋਣ, ਕਿਉਂਕਿ ਕੋਈ ਦੋਸਤ ਆ ਜਾਂਦੇ ਨੇ ਕਿ ਉਹ ਆਖਦੇ ਨੇ ਸਾਨੂੰ ਬੱਕਰੀ ਚੰਗੀ ਚਾਹੀਦੀ ਹੈ, ਜ਼ਿਆਦਾ ਚੌਖੀ ਚੰਗੀ, ਉਹਦੇ ਜਾਇਬ ਹੈ ਉਹ ਬੱਕਰੀ, ਫਿਰ ਜ਼ਹਿਰੀ ਗੱਲ ਹੈ ਚੰਗੀ ਹੋਣੀ ਚਾਹੀਦੀ। ਕੁਝ ਦੋਸਤ ਆਉਂਦੇ ਨੇ ਕਿ ਉਹ ਆਉਂਦੇ ਨੇ ਕਿ ਸਾਨੂੰ 35-40 ਹਜ਼ਾਰ ਦੀ ਬੱਕਰੀ ਚਾਹੀਦੀ ਹੈ, ਉਹ 2 ਕਿਸਮ ਦੀਆਂ ਬੱਕਰੀਆਂ ਆਉਣੀਆਂ ਚਾਹੀਦੀਆਂ ਵਿੱਚ, 1 ਨਸਲ ਦੀ ਨਹੀਂ ਆਉਣੀ ਚਾਹੀਦੀ, ਕਿਉਂਕਿ 2 ਕਿਸਮ ਦੀਆਂ ਆਉਂਦੀਆਂ ਫਿਰ ਬੰਦੇ ਦਾ ਕਾਰੋਬਾਰ ਵੀ ਅੱਗੋਂ ਮਜ਼ੀਦ ਅੱਛਾ ਚੱਲਦਾ ਰਹਿੰਦਾ ਜੀ ਜੀ, ਅਤੇ ਕੋਈ ਮਾੜਾ ਬੰਦਾ ਭਰਾ ਆ ਜਾਂਦਾ ਉਹ ਵੀ ਆ ਕੇ ਲੈ ਸਕਦਾ ਬੱਕਰੀ, ਕਿਉਂਕਿ ਹਰ ਬੰਦਾ ਤਗੜੀ ਲੈ ਵੀ ਨਹੀਂ ਸਕਦਾ, ਇਹ ਗੱਲ ਜੀ। ਸਰ ਬੜੀ ਸੋਹਣੀ ਤੁਸੀਂ ਗੱਲ ਦੱਸੀ ਹੈ, ਯਾਨੀ ਕਿ ਸਸਤੀ ਅਤੇ ਮਹਿੰਗੀ ਦੋਵੇਂ ਚੀਜ਼ ਹੋਣੀ ਚਾਹੀਦੀ। ਠੀਕ, ਅਸੀਂ ਦੋਵੇਂ ਵਰਾਇਟੀਆਂ ਸਮਝੋ ਰੱਖਣੇ ਆ ਇਹਨਾਂ ਵਿੱਚ ਜਾਂ। ਅਤੇ ਇਸ ਮਾਲ ਨੂੰ ਜ਼ਿਆਦਾਤਰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਅਤੇ ਉਹਦਾ ਕੋਈ ਦੇਸੀ ਇਲਾਜ ਜਿਹੜੇ ਤੁਸੀਂ ਕਰਦੇ ਹੋ? ਇਸ ਮਾਲ ਨੂੰ ਨਾ ਜ਼ਿਆਦਾਤਰ ਕਈ ਵਾਰੀ ਜਿਹੜਾ ਹੋ ਜਾਂਦਾ ਕਿ ਉਹਨੂੰ ਰਾਲਾ ਕਹਿੰਦੇ ਨੇ ਮੂੰਹ,
ਉਸ ਦੀ ਬਾਅਦ ਠੰਡੀ ਆਉਂਦੀ ਹੈ। ਇਸ ਵਾਰੀ ਸਾਡੇ ਮਾਲ ਨੂੰ ਸਿਰਫ ਠੰਡੀ ਆਈ। ਠੰਡੀ ਦਾ ਤਰੀਕਾਕਾਰ ਇਹ ਹੈ ਕਿ ਜਿਹੜਾ ਦੇਸੀ ਇਲਾਜ ਅਸੀਂ ਕਰਦੇ ਹਾਂ, ਉਹਦੇ ਵਿੱਚ ਕਾਹਵਾ ਲਵੋ, ਦਾਲਚੀਨੀ, ਮੋਟੀ ਇਲਾਚੀ, ਉਸ ਦੀ ਬਾਅਦ ਉਹਦੇ ਵਿੱਚ ਚਾਹੇ ਮਨੱਕਾ ਪਾ ਲਓ, ਸਾਵਗੀ ਪਾ ਲਓ, ਉਹ ਬੱਕਰੀ ਨੂੰ ਦਿੰਦੇ ਰਹੋ। ਟੀਕੇ ਜਿਹੜੇ ਨੇ ਮਜ਼ੀਦ ਇੱਕ ਵਾਰੀ ਲਾ ਕੇ ਛੱਡ ਦੇਵੋ, ਬਾਰ ਬਾਰ ਲਾਓਗੇ ਤਾਂ ਉਹ ਮਾਲ ਜ਼ਿਆਦਾ ਹੀ ਖਜਕਦਾ। ਉਹਦੇ ਨਾਲ ਇਹ ਵੈਲਾ ਪਾ ਕਰਮ ਚਾ ਕਰਦੇ, ਕਿਉਂਕਿ ਅਸੀਂ ਤਰੀਕਾ ਅਜ਼ਮਾ ਕੇ ਦੇਖਿਆ ਸਾਡੀਆਂ ਬੱਕਰੀਆਂ, ਮਾਸ਼ਾਅੱਲਾ ਠੰਡੀ ਦਾ ਤਰੀਕਾ ਹੈ, ਉਸ ਦੀ ਬਾਅਦ ਜਿਹੜਾ ਠੀਕ ਹੋ। ਸਰ ਇਹ ਜਿਹੜਾ ਤੁਸੀਂ ਜ਼ਿਕਰ ਕੀਤਾ ਠੰਡੀ, ਜੀ ਇਹ ਕਿਹੜੀ ਬਿਮਾਰੀ ਹੈ? ਮੈਂ ਵੀ ਪਹਿਲੀ ਦਫ਼ਾ ਹੀ ਸੁਣੀ ਹੈ, ਥੋੜ੍ਹੀ ਵਜ਼ਾਹਤ ਕਰੋ ਨਾ। ਇਹ ਮਾਤਾਂ ਲਈ ਠੰਡੀ ਹੁੰਦੀ ਹੈ, ਮੂੰਹ ਸੁੱਜ ਜਾਂਦੇ ਨੇ, ਉਹਦੇ ਨਾਲ ਦਾਣੇ ਬਣ ਜਾਂਦੇ ਨੇ ਜਿਸਮ ਦੇ ਉੱਤੇ ਬੱਕਰੀਆਂ ਦੇ, ਐਡੇ ਐਡੇ ਮੋਟੇ ਬਣਨਗੇ, ਠੀਕ ਹੈ। ਇਹ ਇਹਨੂੰ ਆ ਦਿੰਦੇ ਠੰਡੀ। ਅੱਛਾ, ਇਹ ਜਿਹੜਾ ਤੁਸੀਂ ਦੇਸੀ ਇਲਾਜ ਦੱਸਿਆ, ਇਹਦੇ ਨਾਲ ਟੀਕੇ ਲਵਾਉਣੇ ਚਾਹੀਦੇ ਨੇ ਜਾਂ ਸਿਰਫ ਦੇਸੀ ਇਲਾਜ ਹੀ ਕੀਤਾ? ਇੱਕ ਵਾਰੀ ਲਵਾ ਕੇ ਤੇ ਛੱਡ ਦੇਣੇ, ਠੀਕ ਹੈ। ਲੇਕਿਨ ਇਹਨਾਂ ਦਾ ਅਸੀਂ ਬਿਹਤਰ ਤਰੀਕਾ ਹੈ, ਅੱਲਾਹ ਪਾਕ ਉਹਨਾਂ ਨੂੰ ਚੋਖਾ ਦੇ, ਡਾਕਟਰ ਸਾਹਿਬ ਨੇ ਗੁਜਰਾਤ ਦੇ, ਉਹਨਾਂ ਦਾ ਨਾਂ ਅਸਫ ਹੈ, ਉਹਨਾਂ ਦੇ ਟੀਕੇ ਲਿਆ ਕੇ ਅਸੀਂ ਲਾਉਂਦੇ ਰਹੇ, ਲੇਕਿਨ ਉਹਨਾਂ ਨਾਲ ਅੱਲਾਹ ਪਾਕ ਨੇ ਕਰਮ ਕੀਤਾ। ਲੇਕਿਨ ਜਿਹੜਾ ਦੇਸੀ ਇਲਾਜ ਅਸੀਂ ਨੁਸਖਾ ਹੀ ਕੱਢਿਆ ਕਿ ਜਿਹੜਾ ਮੈਂ ਤੁਹਾਨੂੰ ਇਹਦੇ 'ਚ ਪਹਿਲਾਂ ਬਤਾਇਆ, ਉਹ ਦਿੰਦੇ ਰਹੋ ਤੇ ਅੱਲਾਹ ਪਾਕ ਦਾ ਸ਼ੁਕਰ ਹੈ, ਠੀਕ ਹੁੰਦੀ ਜਾ। ਜ਼ਿੰਦਾਬਾਦ ਜੀ। ਹੋਰ ਵੀ ਕੋਈ ਦੇਸੀ ਇਲਾਜ ਆਵੇ? ਬਸ ਇਹ, ਠੀਕ ਹੈ। ਤੇ ਜਿਹੜੇ ਦੋਸਤ ਸਾਰੇ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ। ਜਨਾਬ ਬਿਹਤਰ ਤੇ ਹੈ ਉਹ ਇਹ ਨਸਲ ਰੱਖਣ, ਠੀਕ ਹੈ। ਜਿਹੜੇ ਮੈਂ ਤੁਹਾਨੂੰ ਦੋ ਕੰਮ ਵਿੱਚ ਦੱਸੇ ਨੇ ਕਿ ਮਿਸਾਲ ਤੌਰ ਬੰਦਾ ਦੱਸ ਦੇ ਨਾ ਕਿ ਮੈਂ 20 ਬੱਕਰੀਆਂ ਰੱਖਣਾ ਚਾਹੁੰਦਾ, ਉਹਨਾਂ 'ਚ 20 ਬੱਕਰੀਆਂ ਜਿਹੜੀਆਂ ਨਾ 10 ਬੱਕਰੀਆਂ ਚੰਗੀ ਕੀਮਤ ਦੀਆਂ ਹੋਣ, 10 ਬੱਕਰੀਆਂ ਜਿਹੜੀਆਂ ਨਾ ਉਹ ਥੋੜ੍ਹੀ ਨਾਰਮਲ ਕੀਮਤ ਦੀਆਂ ਹੋ ਜਾਣ। ਕਿਉਂਕਿ ਕੁਝ ਦੋਸਤ ਨੇ ਉਹ ਆਖਦੇ ਨੇ ਕਿ ਸਾਨੂੰ ਚੰਗੀਆਂ ਚਾਹੀਦੀਆਂ, ਕੁਝ ਆਖਦੇ ਨੇ ਕਿ ਸਾਨੂੰ ਘੱਟ ਕੀਮਤ ਦੀਆਂ ਚਾਹੀਦੀਆਂ, ਉਹ ਇਹ ਕੰਮ ਕਰ ਸਕਦੇ। ਅਗਰ ਉਹਨੇ 20 ਬੱਕਰੀਆਂ ਰੱਖੀਆਂ ਨੇ, 10 ਚੰਗੀਆਂ ਅਤੇ 10 ਮਾੜੀਆਂ, ਤੇ ਉਹਨੂੰ ਸਾਲ ਦੀ ਕਿੰਨੀ ਕੁ ਕੋਈ ਬੱਚਤ ਹੋਈ ਇਹਦੀ, ਜਾਂ ਮਹੀਨੇ ਦੀ ਕੋਈ ਇਹਦਾ ਐਸਟੀਮੇਟ ਦਵੋ ਦੇ? ਜਨਾਬ ਅਸੀਂ ਤੇ ਆਪਣਾ ਕਹਿੰਦੇ ਹਾਂ ਕਿ ਅੱਲਾਹ ਪਾਕ ਦਾ ਸ਼ੁਕਰ ਹੈ, ਅਸੀਂ ਮਹੀਨੇ ਦੇ ਵਿੱਚ ਜਿਹੜਾ ਨਾ ਇਹ 60-70 ਹਜ਼ਾਰ ਰੁਪਈਆ ਲੈਣ ਦੇਣ ਕਰਕੇ ਆਪਣਾ ਇੱਥੇ ਕੱਢ ਲਈ। ਮਾਸ਼ਾਅੱਲਾ। ਤੇ ਇਸ ਟਾਈਮ ਹੈ ਕੋਈ ਤੁਸੀਂ ਜਿਹੜਾ ਕੋਈ ਮਾਲ ਸੇਲ ਕਰਨਾ ਹੋਏ, ਕੋਈ ਪੱਠ ਜਾਂ ਕੋਈ ਛੋਟਾ ਬੱਚਾ ਦੋਸਤ? ਬੱਕਰੀ ਸਾਡੇ ਕੋਲ ਕੋਈ ਲਵੇ ਅਸੀਂ ਦੇ ਸਕਦੇ। ਅੱਛਾ, ਜਿਹੜੀ ਕੋਈ ਪਸੰਦ ਕਰੇ? ਜਿਹੜੀ। ਚਲੋ ਜੀ, ਮਾਸ਼ਾਅੱਲਾ, ਸੋਹਣਾ ਮਾਲ ਹੈ, ਸਕਰੀਨ ਤੇ ਵੀ ਇਹਦੀ ਵੀਡੀਓ ਮੈਂ ਚਲਾਈ। ਅਗਰ ਕਿਸੇ ਦੋਸਤ ਨੂੰ ਪਸੰਦ ਆਏ ਕੋਈ ਵੀ ਇਹ ਜਾਨਵਰ, ਕੋਈ ਵੀ ਬੱਕਰੀ, ਤੇ ਤੁਸੀਂ ਭਾਈਆਂ ਨਾਲ ਰਾਬਤਾ ਕਰ ਸਕਦੇ ਹੋ। ਤੇ ਸਰ ਤੁਹਾਡਾ ਰਾਬਤਾ ਨੰਬਰ? 0302-5871-429। ਠੀਕ ਹੈ ਪਿਆਰੇ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।